ਸੁਖਪਾਲ ਖਹਿਰਾ ਮਾਮਲੇ 'ਚ ਨਵਾਂ ਮੋੜ ਪਾਕਿਸਤਾਨ ਨਾਲ ਜੁੜਦੀਆਂ ਦਸਰੀਆਂ ਨਿਤਾਰਾਂ ਕੀ ਆ ਪੂਰਾ ਮਾਮਲਾ ਆਉ ਤੁਹਾਨੂੰ ਵੀ ਪੂਰੀ ਜਾਣਕਾਰੀ ਦਿੰਦੇ ਆ ਵੱਡੀ ਖਬਰ ਸੁਖਪਾਲ ਖਹਿਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰ ਸੁਖਪਾਲ ਖਹਿਰਾ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ 2015 ਦੇ ਵਿੱਚ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਾਹਲ ਦੀ ਅਗਵਾਈ ਹੇਠ ਬਣੀ ਐਸਏਟੀ ਦੀ ਰਿਪੋਰਟ ਤੋਂ ਐਕਸਕਲੂਸਿਵ ਜਾਣਕਾਰੀ ਮਿਲੀ ਹੈ 2015 ਦੀ ਐਸਏਟੀ ਰਿਪੋਰਟ ਨੂੰ ਮੌਜੂਦਾ SIT ਦੇ ਆਧਾਰ ਤੇ ਮੰਨਿਆ ਗਿਆ ਤੁਹਾਨੂੰ ਹੁਣ ਪੂਰਾ ਮਾਮਲਾ ਦੱਸਦੇ ਆ ਪੂਰਾ ਮਾਮਲਾ ਇੰਟਰਨੈਸ਼ਨਲ ਡਰੱਗ 카ਰਟਲ ਦਾ ਸੀ ਜਿਸ ਦਾ ਮੁੱਖ ਮੁਲਜ਼ਮ ਮੇਜਰ ਸਿੰਘ ਬਾਜਵਾ ਸੀ ਜੋ ਈਸਟ ਲੰਡਨ ਦਾ ਰਹਿਣ ਵਾਲਾ ਹੈ ਮੇਜਰ ਸਿੰਘ ਬਾਜਵਾ ਦਾ ਪਾਕਿਸਤਾਨ ਬੇਸਡ ਇਮਤੀਆਜ਼ ਕਾਲਾ ਨਾਮ ਸਿੱਧਾ ਸਬੰਧ ਸੀ ਇਮਤੀਆਜ਼ ਕਾਲਾ ISI ਦਾ ਡਰੱਗ ਹੈਂਡਲਰ ਸੀ ਜੋ ਭਾਰਤ ਵਿੱਚ ਡਰੱਗ ਸਪਲਾਈ ਕਰਦਾ ਸੀ ਦੂਜੇ ਪਾਸੇ ਮੇਜਰ ਸਿੰਘ ਬਾਜਵਾ ਗੁਰਦੇਵ ਸਿੰਘ ਨਾਲ ਸਿੱਧੇ ਸੰਪਰਕਤ ਸੀ ਗੁਰਦੇਵ ਸਿੰਘ ਦੀ ਭੈਣ ਚਰਨਜੀਤ ਕੌਰ ਈਸਟ ਲੰਡਨ ਵਿੱਚ ਰਹਿੰਦੀ ਸੀ ਅਜਿਹਾ ਸਾਬਤ ਹੁੰਦਾ ਕਿ ਗੁਰਦੇਵ ਸਿੰਘ ਅਤੇ ਮੇਜਰ ਬਾਜਵਾ ਦਰਮਿਆਨ ਦੀ ਇਹ ਅਹਿਮ ਕڑی ਚਰਨਜੀਤ ਕੌਰ ਸੀ ਪੁਲਿਸ ਨੇ ਆਪਣੀ ਕਾਰਵਾਈ ਵਿੱਚ ਇਸ ਰੈਕਡ ਤੋਂ ਵੱਡੀ ਰਿਕਵਰੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦੇਵ ਸਿੰਘ ਦੇ ਸੁਖਪਾਲ ਖਹਿਰਾ ਦੇ ਨਾਲ ਨੇੜੇ ਦੇ ਸੰਬੰਧ ਨੇ ਜਿਦਾਂ ਅੰਦਾਜ਼ਾ ਉਹਨਾਂ ਦਰਮਿਆਨ ਹੋਈਆਂ 92 ਕਾਲਾਂ ਤੋਂ ਲੱਗਿਆ 14 ਮਾਰਚ 2016 ਦੀ ਕੇਸ ਡਾਇਰੀ ਵਿੱਚ ਐਸਆਈ ਜਸਵੰਤ ਸਿੰਘ ਅਤੇ ਡੀਐਸਪੀ ਅਜਮੇਰ ਸਿੰਘ ਨੇ ਪਾਇਆ ਕਿ ਐਕਸ ਚੇਅਰਮੈਨ ਗੁਰਦੇਵ ਸਿੰਘ ਨੇ ਕਬੂਲ ਕੀਤਾ ਹੈ ਕਿ ਉਹ ਖੈਰੇ ਨਾਲ ਸੰਪਰਕ ਸੀ ਅਤੇ ਉਸਨੇ ਗੁਰਦੇਵ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਗੁਰਦੇਵ ਸਿੰਘ ਨੇ ਮੰਨਿਆ ਕਿ ਉਸਨੇ ਸੁਖਪਾਲ ਖੈਰਾ ਨੂੰ ਚੋਣਾਂ ਵਿੱਚ ਫੰਡਿੰਗ ਵੀ ਕੀਤੀ ਸੀ ਖੈਰਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਡਰੱਗ ਸਮਗਲਿੰਗ ਵਿੱਚ ਫੜਿਆ ਜਾਂਦਾ ਤਾਂ ਉਹ ਉਸ ਨੂੰ ਬਚਾਉਣਗੇ ਬਿਊਰੋ ਰਿਪੋਰਟ ਸੁਖਪਾਲ ਖੈਰਾ ਮਾਮਲੇ 'ਚ ਨਵਾਂ ਮੋੜ ਪਾਕਿਸਤਾਨ ਨਾਲ ਜੁੜਦਿਆਂ ਤੇ ਸਰੀਆਂ ਨੇ ਤਾਰਾਂ ਕੀ ਆ ਪੂਰਾ ਮਾਮਲਾ ਉਹ ਤੁਹਾਨੂੰ ਵੀ ਪੂਰੀ ਜਾਣਕਾਰੀ ਦਿੰਦੇ ਆ ਵੱਡੀ ਖਬਰ ਸੁਖਪਾਲ ਖਹਿਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰ ਸੁਖਪਾਲ ਖਹਿਰਾ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ 2015 ਦੇ ਵਿੱਚ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਾਹਲ ਦੀ ਅਗਵਾਈ ਹੇਠ ਬਣੀ ਐਸਆਈਟੀ ਦੀ ਰਿਪੋਰਟ ਤੋਂ ਐਕਸਕਲੂਸਿਵ ਜਾਣਕਾਰੀ ਮਿਲੀ ਹੈ 2015 ਦੀ ਐਸਆਈਟੀ ਰਿਪੋਰਟ ਨੂੰ ਮੌਜੂਦਾ ਐਸਆਈਟੀ ਦੇ ਆਧਾਰ ਤੇ ਮੰਨਿਆ ਗਿਆ ਤੁਹਾਨੂੰ ਹੁਣ ਪੂਰਾ ਮਾਮਲਾ ਦੱਸਦੇ ਆ ਪੂਰਾ ਮਾਮਲਾ ਇੰਟਰਨੈਸ਼ਨਲ ਡਰੱਗ 카rtel ਦਾ ਸੀ ਜਿਸ ਦਾ ਮੁੱਖ ਮੁਲਜ਼ਮ ਮੇਜਰ ਸਿੰਘ ਬਾਜਵਾ ਸੀ ਜੋ ਈਸਟ ਲੰਡਨ ਦਾ ਰਹਿਣ ਵਾਲਾ ਹੈ ਮੇਜਰ ਸਿੰਘ ਬਾਜਵਾ ਦਾ ਪਾਕਿਸਤਾਨ ਬੇਸਡ ਇਮਤੀਆਜ਼ ਕਾਲਾ ਨਾਮ ਸਿੱਧਾ ਸਬੰਧ ਸੀ ਇਮਤੀਆਜ਼ ਕਾਲਾ ਆਈਐਸਆਈ ਦਾ ਡਰੱਗ ਹੈਂਡਲਰ ਸੀ ਜੋ ਭਾਰਤ ਵਿੱਚ ਡਰੱਗ ਸਪਲਾਈ ਕਰਦਾ ਸੀ ਦੂਜੇ ਪਾਸੇ ਮੇਜਰ ਸਿੰਘ ਬਾਜਵਾ ਗੁਰਦੇਵ ਸਿੰਘ ਨਾਲ ਸਿੱਧੇ ਸੰਪਰਕਤ ਸੀ ਗੁਰਦੇਵ ਸਿੰਘ ਦੀ ਭੈਣ ਚਰਨਜੀਤ ਕੌਰ ਈਸਟ ਲੰਡਨ ਵਿੱਚ ਰਹਿੰਦੀ ਸੀ ਅਜਿਹਾ ਸਾਬਤ ਹੁੰਦਾ ਕਿ ਗੁਰਦੇਵ ਸਿੰਘ ਅਤੇ ਮੇਜਰ ਬਾਜਵਾ ਦਰਮਿਆਨ ਦੀ ਇਹ ਅਹਿਮ ਕڑی ਚਰਨਜੀਤ ਕੌਰ ਸੀ ਪੁਲਿਸ ਨੇ ਆਪਣੀ ਕਾਰਵਾਈ ਵਿੱਚ ਇਸ ਰੈਕਡ ਤੋਂ ਵੱਡੀ ਰਿਕਵਰੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦੇਵ ਸਿੰਘ ਦੇ ਸੁਖਪਾਲ ਖਹਿਰਾ ਦੇ ਨਾਲ ਨੇੜਲੇ ਸਬੰਧ ਨੇ ਜਿਦਾ ਅੰਦਾਜ਼ਾ ਉਹਨਾਂ ਦਰਮਿਆਨ ਹੋਈਆਂ 92 ਕਾਲਾਂ ਤੋਂ ਲੱਗਿਆ 14 ਮਾਰਚ 2016 ਦੀ ਕੇਸ ਡਾਇਰੀ ਵਿੱਚ ਐਸਆਈ ਜਸਵੰਤ ਸਿੰਘ ਅਤੇ ਡੀਐਸਪੀ ਅਜਮੇਰ ਸਿੰਘ ਨੇ ਪਾਇਆ ਕਿ ਐਕਸ ਚੇਅਰਮੈਨ ਗੁਰਦੇਵ ਸਿੰਘ ਨੇ ਕਬੂਲ ਕੀਤਾ ਹੈ ਕਿ ਉਹ ਖੈਰੇ ਨਾਲ ਸੰਪਰਕ ਸੀ ਅਤੇ ਉਸਨੇ ਗੁਰਦੇਵ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਗੁਰਦੇਵ ਸਿੰਘ ਨੇ ਮੰਨਿਆ ਕਿ ਉਸਨੇ ਸੁਖਪਾਲ ਖੈਰਾ ਨੂੰ ਚੋਣਾਂ ਵਿੱਚ ਫੰਡਿੰਗ ਵੀ ਕੀਤੀ ਸੀ ਖੈਰਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਡਰੱਗ ਸਮਗਲਿੰਗ ਵਿੱਚ ਫੜਿਆ ਜਾਂਦਾ ਤਾਂ ਉਹ ਉਸ ਨੂੰ ਬਚਾਉਣਗੇ ਬਿਊਰੋ ਰਿਪੋਰਟ